ਆ ਜਿਹੜੀ ਆਂਟੀ ਆ ਨਾ ਇਹਦੇ ਨਾ ਮੈਨੂੰ ਪੁਰਾਣੇ ਇਹਦੇ ਯਾਰ ਜਿਹੜੇ ਇਹ ਸੰਨ 47 ਦੀ ਤੇ ਜੰਮੀ ਹੋਈ ਆ ਬੁੱਢੀ ਘੋੜੀ ਤੇ ਹੈਗੀ ਇਹ ਹੈ ਤੌਕੜ ਮੱਝ ਤੇ ਹੈਗੀ ਚਰਿੱਤਰ ਲੱਗੀ ਇੱਥੇ ਫੇਸਬੁੱਕ ਤੇ ਬੈਠੀ ਕਰਨ ਇਹਨੂੰ ਏਡੇ ਇਹਦੇ ਅੱਗ ਲੱਗੀ ਆ ਸੰਧੂ ਨੂੰ ਕਹਿਣ ਤੇ ਨਾ ਸੰਧੂ ਨੂੰ ਤੈਨੂੰ ਇੰਨੀ ਅੱਗ ਲੱਗੀ ਸੰਧੂ ਤੇਰਾ ਯਾਰ ਲੱਗਦਾ ਕਿ ਤੇਰੀ ਮਾਂ ਦਾ ਯਾਰ ਲੱਗਦਾ ਮੈਨੂੰ ਦੱਸੀ ਤੇ ਸੰਧੂ ਤੇ ਮੈਨੂੰ ਆਪ ਟੈਂਪੂ ਲੱਗਦਾ ਆ ਮੈਨੂੰ ਤੇ ਲੱਗਦਾ ਇਹ ਆਪ ਚੂਪੇ ਮਾਰਦਾ ਹੋਣਾ ਤੇ ਤੂੰ ਹੀ ਸੰਧੂ ਤੇ ਕੀ ਲੈਂਦੀਆਂ ਨੇ ਤੇਰੇ ਨਾਲ ਕੀ ਕਰ ਲੈਂਦਾ ਹੋਣਾ ਸੰਧੂ ਤੇ ਜਿਹਨੂੰ ਤੂੰ ਬਣਾ ਬਣਾ ਕੇ ਪਕਵਾਨ ਖਿਲਾ ਖਿਲਾ ਕੇ ਚਾਹ ਪੜਾਉਂਦੀ ਜਿਹੜਾ ਘਰੇ ਬਿਠਾਇਆ ਉਹ ਕਾਹਦੇ ਵਾਸਤੇ ਰੱਖਿਆ ਪੇਚੇ ਤੂੰ ਸੰਧੂ ਨਾਲ ਲੜਾਉਣ ਨੂੰ ਫਿਰਦੀ ਆ ਭੈਣਾ ਇਹਦੇ ਨਾ ਸੱਚ ਮੈਂ ਗੱਲ ਦੱਸਾਂ ਇਹਦੇ ਨਾ ਯਾਰ ਸੀਗੇ ਇੰਡੀਆ ਦੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਤੇ ਬਹੁਤ ਚਾਲੂ ਜਨਾਨੀ ਹੁੰਦੀ ਸੀ ਵੀ ਇਹਦੇ ਘਰਦਿਆਂ ਨੇ ਤੰਗ ਹੋ ਕੇ ਫਿਰ ਇਹਨੂੰ ਬਾਹਰ ਭੇਜਤਾ ਉਹ ਕਹਿੰਦੇ ਇਹਨੂੰ ਬਾਹਰ ਤੇ ਉਹ ਇੰਡੀਆ ਵਾਲੇ ਅੰਕਲ ਕਹਿੰਦੇ ਵੀ ਗੱਲ ਇੱਦਾਂ ਸੀ ਵੀ ਇਹ ਇਹਦੇ ਘਰਦਿਆਂ ਨੇ ਫਿਰ ਸੋਚਿਆ ਵੀ ਬਾਹਰ ਕੱਢੋ ਇਹਨੂੰ ਇਹ ਤੇ ਇੱਥੇ ਬਹੁਤ ਗੰਦੀ ਅਤੇ ਬਹੁਤ ਮੂੰਹ ਮਾਰਨ ਲੱਗ ਗਈ ਸੀ ਇੰਡੀਆ ਰਹਿੰਦੀ ਸੀ ਫਿਰ ਇਹਦਾ ਬਾਹਰਲੇ ਮੁੰਡੇ ਨਾਲ ਵਿਆਹ ਕਰਤਾ ਇਹ ਫਿਰ ਬਾਹਰ ਆਈ ਸੀ ਇਹ ਹੁਣ ਵੀ ਬਾਹਰ ਵੀ ਨਹੀਂ ਹੱਟੀ ਕਹਿੰਦੇ ਨੇ ਬਾਹਰ ਵੀ ਬਹੁਤ ਇਹਨੇ ਜਿਉਂ ਮਰਾਈ ਇਹਨੇ ਜਿਉਂ ਮਰਾਈ ਇਹਦੇ 'ਤੇ ਇੱਕ ਰੱਬ ਨੇ ਲਾਈਆਂ ਵੀ ਦੋ ਸੀ ਕਹਿੰਦੇ ਹਿੱਲ ਗਈ ਹੁਣ ਨਾ ਫਿਰ ਇਹਦੇ ਦਿਮਾਗ 'ਚ ਫਰਕ ਪੈ ਗਿਆ ਵੀ ਬਹੁਤ ਜ਼ਿਆਦਾ ਮਰਾ ਲਈ ਆਂਟੀ ਨੇ ਇਹ ਹਿੱਲ ਗਈ ਇਹਨੂੰ ਹੁਣ ਪਤਾ ਨਹੀਂ ਚੱਲਦਾ ਤਾਂ ਹੀ ਕਦੇ ਫੋਨ ਹੱਥ 'ਚ ਫੜਾ ਦਿੰਦੇ ਅਤੇ ਫੋਨ ਨਾਲ ਲੱਗੀ ਰਹਿੰਦੀ ਢੂਆ ਮਰਾਉਂਦੀ ਰਹਿੰਦੀ ਹੈ ਜੇ ਇਹਦੇ ਹੱਥ 'ਚ ਕੜਛੀ ਫੜਾ ਦਿੰਦੇ ਅਤੇ ਕਹਿੰਦੇ ਕੜਛੀਆਂ ਨਾਲ ਹੀ ਲੱਗੀ ਰਹਿੰਦੀ ਇਹ ਆਂਟੀ ਹਿੱਲ ਗਈ ਹੈ ਮੈਨੂੰ ਲੱਗਦਾ ਅਤੇ ਹੁਣ ਨਾਲੇ ਬੁੱਢੀ ਹੋ ਗਈ ਹੈ ਹੁਣ ਇਹਦੀ ਡਿਮਾਂਡ ਘੱਟ ਹੋਣੀ ਹੈ ਰੀਸਾਂ ਕਰਨ ਨੂੰ ਫਿਰਦੀ ਹੈ ਮੇਰੀਆਂ ਗਸ਼ਤੀ ਪੁਣੇ ਜਿਹੜੇ ਮੈਂ ਕਰਦੀ ਆ ਅਤੇ ਭੈਣ ਜੀ ਇੱਕ ਗੱਲ ਸੁਣ ਲੈ ਮਰਨ ਦਾ ਟਾਈਮ ਹੈ ਹੁਣ ਠੀਕ ਹੈ ਕੋਈ ਰੱਬ ਦਾ ਨਾਂ ਲੈ ਕੇ ਅਤੇ ਗੁਰਦੁਆਰੇ ਜਾ ਮੇਰੇ ਵਾਲੇ ਲੱਛਣ ਕਿੱਥੇ ਕੀਤੇ ਜਾਣੇ ਤੁਹਾਡੇ ਕੋਲੋਂ ਮੇਰੀਆਂ ਰੀਸਾਂ ਨਹੀਂ ਤੁਹਾਡੇ ਤੋਂ ਹੋਣੀਆਂ ਹੈਗੀਆਂ ਠੀਕ ਹੈ ਮੇਰਾ ਪੁੱਤ ਸਿਆਣਾ ਬਣ ਨਾਂ ਲਿਆ ਕਰ ਰੱਬ ਦਾ ਕੀ ਪਤਾ ਕਿਹੜੇ ਵੇਲੇ ਤੂੰ ਤੁਰ ਵਸਣਾ ਇੱਥੇ ਬੈਠੀ ਟਿਕਟੋ 'ਤੇ ਜਨਾਨੀਆਂ ਨੂੰ ਤੂੰ ਬੜੀਆਂ ਅਕਲਾਂ ਦਿੰਦੀ ਆ ਵੀ ਹਾਂ ਇੱਦਾਂ ਦਾ ਮੰਮੇ ਵਿਖਾਉਂਦੀਆਂ ਨੇ ਇੱਥੋਂ ਬਟਨ ਖੋਲ੍ਹ ਖੋਲ੍ਹ ਕੇ ਤੂੰ ਬਾਹਰ ਆ ਕੇ ਇਹੀ ਸਿੱਖਿਆ ਹੈਂ ਸਾਰੀ ਜਵਾਨੀ ਤੂੰ ਬਾਹਰ ਗਾਲਤੀ ਤੂੰ ਆਹੀ ਸਿੱਖਿਆ ਬਾਹਰ ਰਹਿ ਕੇ ਲੋਕਾਂ ਕੋਲੋਂ ਵੀ ਹਾਂ ਵੀ ਇੱਥੋਂ ਬਟਨ ਤੂੰ ਆਪਦੇ ਲਾ ਕੇ ਘਰੇ ਛੱਡ ਕੇ ਜਾਨੀ ਹੁੰਦੀ ਹੈ ਏਡਾ ਬੁਰਾ ਹਾਲ ਹੈ ਜਨਾਨੀਆਂ ਦਾ ਇਹ ਬੁੱਢੀਆਂ ਨੂੰ ਪਤਾ ਨਹੀਂ ਕਿਹਨੇ ਕੌਣ ਤੈਨੂੰ ਸਿਖਾਉਂਦਾ ਕੌਣ ਹੈ ਵੀ ਹਾਂ ਫੋਨ ਇੱਦਾਂ ਯੂਜ਼ ਕਰੋ ਖੋਤੀਆਂ ਕਿਸੇ ਥਾਂ ਦੀਆਂ